ਨਗਰ ਕੀਰਤਨ ਮੰਗਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸਾਰਿਆਂ ਦੇ? ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ। ਤੇ ਅੱਜ ਆਪਾਂ ਸਵੇਰੇ ਬਲੌਗ ਸਟਾਰਟ ਕਰਨਾ ਭੁੱਲ ਗਏ ਸੀ ਕਿਉਂਕਿ ਲੇਟ ਬਾਹਲੇ ਹੋ ਗਏ ਸੀ ਅੱਜ। ਟਰੈਕਟਰ ਸ਼ਿੰਗਾਰਿਆ ਹੋਇਆ, ਹੁਣ ਨਗਾਰਾ ਸਾਹਿਬ ਬੰਨ ਰਿਹਾ ਪੂਰਾ ਟਾਈਟ ਵੀ ਹਿੱਲੇ ਨਾ, ਨਾ ਨਾ ਉਹ ਸਿਰੇ ਤੋਂ ਕੱਢਣਾ ਇਹ ਵੀ ਬਸ ਹਿੱਲੇ ਨਾ ਨਗਾਰਾ ਸਾਹਿਬ ਐਵੇਂ। ਤੇ ਬਾਕੀ ਤੁਹਾਨੂੰ ਨਗਾਰਾ ਸਾਹਿਬ ਬੰਨ ਕੇ ਪੂਰਾ ਟਰੈਕਟਰ ਸੈੱਟ ਕਰਕੇ ਮਿਲਦਾ। ਬਾਈ ਦੱਸਿਓ ਫਿਰ ਕਿਵੇਂ ਲੱਗਦਾ ਤੇ ਕਮੈਂਟ ਜ਼ਰੂਰ ਕਰਿਓ ਸਾਰੇ। ਦੇਖੋ ਫਿਰ ਨਿਸ਼ਾਨ ਸਾਹਿਬ ਨੂੰ ਵੀ ਸਾਰੇ ਪੁੱਛ ਕੇ ਜਾ ਰਹੇ ਨੇ ਆਪਣੇ ਨੂੰ। ਤੇ ਤੁਹਾਨੂੰ ਸਾਈਡ ਵਾਲੇ ਰੋਜ਼ ਵੀ ਦਿਖਾ ਰਹੇ ਜਿਹੜੇ ਲਾਇਆ ਆਪਾਂ। ਦੇਖੋ ਦੱਸਿਓ ਕਿਵੇਂ ਲੱਗਦਾ। ਨਗਾਰਾ ਸਾਹਿਬ 'ਤੇ ਵੀ ਲੜੀ ਲਾ ਤੀ ਆਪਾਂ। ਦੇਖੋ ਬਾਕੀ ਆ ਜਾਓ ਹੁਣ ਤੁਹਾਨੂੰ ਅੱਗੇ ਜਦੋਂ ਨਗਰ ਕੀਰਤਨ ਤੁਰੂ ਜਾਂ ਜੇਕਰ ਆ ਰਿਹਾ ਉਦੋਂ ਦਿਖਾਉਣੇ। ਬਸ ਬਾਈ 10 ਕੁ ਮਿੰਟ 'ਚ ਨਗਰ ਕੀਰਤਨ ਤੁਰ ਪੂਗਾ। ਅਤੇ ਦੱਸਿਓ ਫਿਰ ਕਿਵੇਂ ਲੱਗਦਾ ਆਪਣੇ ਟਰੈਕਟਰ। ਨਗਾਰਾ ਸਾਹਿਬ 'ਤੇ ਵੀ ਆਪਾਂ ਫੁੱਲ ਲਾ ਤੇ, ਦੇਖੋ ਫਿਰ ਬਣਦੇ ਆ ਗੱਲ ਕਿ ਨਹੀਂ। ਚਾਂਬੜਿਆ ਬੈਠਾ
ਆਪਣੀ ਵੈਂਟੋ ਖੜੀ ਆ ਆ ਟ੍ਰੈਫਿਕ ਕੱਟਣਗੇ ਫੇਰ ਫੇਰ ਗਾਂ ਦੇ ਟਰੈਕਟਰ ਆਉਣਗੇ ਦੇਖੋ ਉਹ ਚਾੜਦੇ ਦੀਵਾਰ ਤੋਂ ਟਰੈਕਟਰ ਉੱਥੋਂ ਦੇਖੋ ਹੁਣ ਆਪਾਂ ਤੁਹਾਨੂੰ ਬਡਰੁੱਖਾਂ ਪਹੁੰਚ ਕੇ ਦਿਖਾਉਣਾ ਸਾਰਾ ਨਗਰ ਕੀਰਤਨ ਅਤੇ ਬਣੇ ਰਹੋ ਸਾਰੇ ਬਲੌਗ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਲੈ ਵੀ ਮੁੰਡਿਓ ਬਾਬਾ ਜੀ ਸੁੱਖਿਆਂ 'ਤੇ ਬਣਾਈ ਰੱਖਣ ਆਪਣਾ ਟਰੈਕਟਰ ਨੇ ਇੱਕ ਸ਼ਾਮ ਨੂੰ ਗੜਬੜ ਦਿੱਤੀ ਇੱਕ ਅੱਜ ਦਿੱਤੀ ਸਟਾਰਟ ਨਹੀਂ ਸੀ ਹੋਇਆ ਅਤੇ ਬਾਕੀ ਹੋ ਗਿਆ ਕੰਮ ਜਮਾ ਹੁਣ ਉਹ ਆ ਗਿਆ ਮੁੰਡੇ ਹੋਰ ਹੀ ਕੁਛ ਹੋ ਗਿਆ ਸੀਗਾ ਮੇਰੇ ਤਾਂ ਪਤਾ ਨਹੀਂ ਖੱਲੀ ਚੜ੍ਹ ਗਈ ਮੈਂ ਡਰ ਗਿਆ ਮੈਂ ਕਿਤੇ ਲੱਤ ਫੜ ਗਈ ਹੁਣ ਇਹਦੇ ਨਾਲ ਬੰਨ ਕੇ ਤਾਰੀ ਆ ਖੱਲੀ ਬਡਰੁੱਖਾਂ ਪਿੰਡ 'ਚ ਐਂਟਰ ਹੋ ਗਿਆ ਮੈਂ ਟਰੈਕਟਰ 'ਤੇ ਚੜ੍ਹਨ ਲੱਗਿਆ ਯਾਰ ਖੱਲੀ ਚੜ੍ਹ ਗਈ ਮੈਂ ਹੁਣ ਗਿੱਲ ਨੂੰ ਫੜਾਇਆ ਤਾਂ ਕਰਕੇ ਅਤੇ ਸਾਰਾ ਨਗਰ ਕੀਰਤਨ ਮੈਂ ਤੁਹਾਨੂੰ ਭੈਣ ਨੂੰ ਕਹਿਣਾ ਭੈਣ ਬਡਰੁੱਖੀ ਆ ਨਾ ਉਹਦੇ ਕਰਕੇ ਮੈਂ ਉਹਨੂੰ ਕਹਿਣਾ ਵੀ ਉਹ ਬਣਾ ਦੂਗੀ ਉਹਦੇ ਨਾਲ ਕੋਈ ਟੇਡਾ ਲੈ ਵੀ ਮੁੰਡੇ ਫੜੋ
ਲੈ ਵੀ ਮੁੰਡੇ ਆਪਾਂ ਮਸਤਵਾਣਾ ਸਾਹਿਬ ਪਹੁੰਚਣਾ ਨੇ ਆ ਉਹਨੂੰ ਤੇ ਕੋਲੋਂ ਤੇ ਵੀ ਰਹਾਉਣਾ ਹੁਣ ਰਾਤ ਨੂੰ ਯਾਰ ਇੰਨਾ ਵਾ ਕੁਝ ਦੇਖਣਾ ਨਹੀਂ ਹੈਗਾ ਬਾਕੀ ਆ ਜਾਓ ਫਿਰ ਅੱਗੇ ਚੱਲ ਕੇ ਤੁਹਾਨੂੰ ਐਂਟਰੀ ਤੇ ਦਿਖਾਉਣਾ ਹੁਣ ਪਹੁੰਚ ਗਏ ਬਾਬਾ ਜੀ ਆਪਾਂ ਮਾਸਟਰ ਸਾਹਿਬ ਬਾਕੀ ਟਰੈਕਟਰ ਦਾ ਸਾਈਡ ਦੇ ਕੱਢਿਆ ਆਪਣੇ ਵਾਲਾ ਤੇ ਬਾਕੀ ਮਤਲਬ ਜਿੰਨਾ ਤੇ ਕੋਈ ਚੀਜ਼ਾਂ ਨਹੀਂ ਆ ਉਹ ਆਇਆ ਗੁਰੂ ਘਰ ਮੂਲ ਦੀ ਜੇ ਨਾਲ ਫਾਰ ਵੀ ਸਾਈਡ ਦੀ ਕੱਢਤੀ ਸੀ ਲਓ ਜੀ ਬਈ ਨਗਾਰਾ ਸਾਹਿਬ ਉਤਾਰਤਾ ਆਪਾਂ ਅੰਦਰ ਰੱਖਤਾ ਅਤੇ ਬਸ ਪਾਲਕੀ ਸਾਹਿਬ ਅੱਗੇ ਹੋ ਜੂ ਅਤੇ ਫਿਰ ਆਪਾਂ ਟਰੈਕਟਰ ਮੋੜ ਕੇ ਅਤੇ ਚੱਲਦੇ ਹਾਂ ਆਪਾਂ ਘਰ ਨੂੰ ਸੱਚ ਰਸਤੇ ਜਾਂ ਨਿਸ਼ਾਨ ਸਾਹਿਬ ਉਤਾਰ ਕੇ ਦੇਣੇ ਆ ਪਾਵਨ ਨੂੰ ਉਹ ਸਮੇਤ ਪੱਤੀਆਂ ਖੋਲ ਕੇ ਲੈ ਜੂਗਾ ਉਹਨਾਂ ਦੇ ਕੱਲ੍ਹ ਨੂੰ ਨਗਰ ਕੀਰਤਨ ਸਾਹਿਬ ਆ ਉਹ ਵੀ ਮਸਤਵਾਣਾ ਸਾਹਿਬ ਹੀ ਜਾਣਾ ਹੈ ਤਾਂ ਕਰਕੇ ਉਹਨੇ ਉੱਥੇ ਲਾਉਣਾ ਟਰੈਕਟਰ ਉਹ ਲੈ ਜੂਗਾ ਅਤੇ ਉਹਨੂੰ ਉਹਦੇ ਕੋਲ ਹੈ ਨਹੀਂ ਸੀਗੇ ਤਾਂ ਉਹਨੂੰ ਦੇ ਦਾਂਗੇ ਆਪਾਂ ਬਾਕੀ ਤੁਹਾਨੂੰ ਜਦੋਂ ਉੱਥੇ ਆਪਾਂ ਬਲੌਗ ਦੀ ਐਂਡਿੰਗ ਕਰਦੇ ਹਾਂ ਜਦੋਂ ਪਾਵਨ ਪਾਰ ਕੇ ਲੈ ਗਏ ਅਤੇ ਬਾਕੀ ਸਾਰੇ ਕਮੈਂਟ ਕਰਕੇ ਜ਼ਰੂਰ ਦੱਸੋ ਕਿਵੇਂ ਲੱਗਿਆ ਬਲੌਗ ਮਿਲਦੇ ਹਾਂ ਅਗਲੇ ਬਲੌਗ ਬਾਈ ਧੋਖਾ ਯਾਰ ਤੁਸੀਂ ਘਰੇ ਜਾ ਕੇ ਮਿਲਦਾ ਮਾੜਾ ਜਿਹਾ ਪੂਰੇ ਧਿਆਨ ਨਾਲ ਘਰੇ ਟਰੈਕਟਰ ਲਾ ਦਿੰਦੇ ਜਾ ਕੇ ਭਾਈ ਬੋਲੇ
ਲੈ ਵੀ ਮੁੰਡੇ ਪਿੰਡ ਵਾਲੇ ਫਾਟਕਾਂ ਤੇ ਪਹੁੰਚ ਗਏ ਕਿਰਾਂ ਇਹ ਅੱਖਾਂ ਤੁਹਾਨੂੰ ਦਿਸ ਰਹੀਆਂ ਹੋਣਗੀਆਂ ਇਹਦੀਆਂ ਮੁੱਛਾਂ ਵੀ ਦਿਸ ਰਹੀਆਂ ਹੋਣਗੀਆਂ ਆਏ ਭਿੱਜ ਗਏ ਅਸੀਂ ਪੂਰੇ ਤੇ ਪਹੁੰਚਣਾ ਨਾ ਪਿੰਡ ਟਾਈਮ ਕਿੰਨਾ ਹੋ ਗਿਆ ਟਾਈਮ ਆਪਣੇ 10:10 ਵਜ ਗਏ ਦੇਖੀ 10:17 ਹੋ ਗਿਆ ਆਪਾਂ ਨੂੰ ਇੱਥੇ ਤੱਕ ਪਹੁੰਚਦਿਆਂ ਨੂੰ ਤੇ ਦੋ ਬੰਦੇ ਮੇਰੇ ਨਾਲ ਨੇ ਤੇ ਦੋ ਰੋਟੀ ਲੈ ਕੇ ਆਇਆ ਤਿੰਨ ਹਾਂ ਅਸੀਂ ਪੰਜ ਬੰਦੇ ਆ ਦੋ ਬੰਦੇ ਰੋਟੀ ਲੈ ਕੇ ਆ ਰਹੇ ਨੇ ਅਣਖੀ ਤੇ ਬਸ ਜਵਾਕ ਇੱਕ ਤਾਂ ਵਿਚਾਰਾ ਤੇ ਬਾਕੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ 'ਚ ਸਾਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਐਵੇਂ ਘੈਂਟ ਤਾਂ ਮੈਂ ਕਹਿ ਨਹੀਂ ਸਕਦਾ ਠੀਕ ਠਾਕ ਜੇ ਵਲੌਗ ਤੁਹਾਨੂੰ ਦਿੰਦੇ ਰਹਾਂਗੇ ਹਲੇ ਘੈਂਟ ਬਣਾਉਣ ਨਹੀਂ ਨਾ ਲੱਗੇ ਅਤੇ ਠੀਕ ਠਾਕ ਜੇ ਵਲੌਗ ਤੁਹਾਨੂੰ ਮਿਲਦੇ ਰਹਿਣਗੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਓਕੇ ਬਾਏ ਬਾਏ ਐਵੇਂ ਤੁਹਾਡੇ ਟਾਟਾ ਨਵੀਂ ਨਵੀਂ ਚੀਜ਼ਾਂ ਕਰੀ ਜਾਵਾਂਗੇ ਅਤੇ